ਸਮੇਂ ਸਮੇਂ ਨਾਲ ਜਿੱਥੇ ਮਹਿੰਗਾਈ ਵੱਧ ਰਹੀ ਹੈ ਉੱਥੇ ਸਕੂਲਾਂ ਦੇ ਵਿੱਚ ਵੱਧ ਰਹੀਆਂ ਫੀਸਾਂ ਬੱਚਿਆਂ ਦੇ ਮਾਪਿਆਂ ਦੇ ਲਈ ਬੋਝ ਬਣਦੀਆਂ ਜਾ ਰਹੀਆਂ ਨੇ। ਅਜਿਹੇ ਦੇ ਵਿੱਚ ਲੁਧਿਆਣਾ ਦੇ ਇੱਕ ਨਿੱਜੀ ਸਕੂਲ ਦੇ ਵੱਲੋਂ ਵਧਾਈ ਗਈ ਫੀਸ ਨੂੰ ਲੈ ਕੇ ਸਟੂਡੈਂਟ ਦੇ ਪਰਿਵਾਰ ਵਾਲਿਆਂ ਦੇ ਵੱਲੋਂ ਸਕੂਲ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਸਕੂਲ ਦੇ ਵੱਲੋਂ ਪਾਏ ਜਾਂਦੇ ਤਰ੍ਹਾਂ ਤਰ੍ਹਾਂ ਦੇ ਖਰਚੇ ਮਾਪਿਆਂ ਦੇ ਲਈ ਸਿਰ ਦਰਦ ਬਣਦੇ ਜਾ ਰਹੇ ਨੇ। ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਬੱਚਿਆਂ ਦੇ ਮਾਪਿਆਂ ਨੇ ਕਿਹਾ ਸਕੂਲ ਵੱਲੋਂ ਮਹਿੰਗੀਆਂ ਲਗਾਈਆਂ ਗਈਆਂ ਨੇ ਅਤੇ ਹੁਣ ਦੂਜਾ ਫੀਸਾਂ ਦੇ ਵਿੱਚ ਵਾਧਾ ਉਹਨਾਂ ਦੇ ਲਈ ਵੱਡੀ ਮੁਸ਼ਕਲ ਬਣ ਰਿਹਾ ਹੈ। ਉੱਥੇ ਹੀ ਪ੍ਰਦਰਸ਼ਨ ਮੌਕੇ ਹਲਕਾ ਵੈਸਟ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਵੀ ਪਹੁੰਚੇ ਅਤੇ ਜਿੱਥੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਅਜਿਹਾ ਆਪਣੇ ਇਲਾਕੇ ਦੇ ਵਿੱਚ ਨਹੀਂ ਹੋਣ ਦੇਣਗੇ ਅਤੇ ਆਮ ਜਨਤਾ ਦੇ ਨਾਲ ਕੋਈ ਧੱਕਾ ਨਹੀਂ ਹੋਵੇਗਾ। ਇਸ ਤੋਂ ਇਲਾਵਾ ਉਹਨਾਂ ਦਾ ਹਾਂ ਬਿਲਕੁਲ, ਹਮ ਇਸੀ ਚੀਜ਼ ਕੇ ਅਗੇਂਸਟ ਹੈ, ਜੋ ਇਹ ਅਨਜਸਟੀਫਾਈਡ ਇਹਨਾਂ ਨੇ ਫੀਸ ਇਨਕਰੀਜ਼ ਕਰੀ ਹੈ, ਉਹ ਬਹੁਤ ਹੀ ਗਲਤ ਬਾਤ ਹੈ। ਕੁਛ ਇੱਕ ਨਾਰਮਲ ਮਿਨੀਮਲ ਅਮਾਊਂਟ ਅਗਰ ਇਹ ਇਨਕਰੀਜ਼ ਵੀ ਕਰਤੇ ਤੋ ਹਮਕੋ ਸ਼ਾਇਦ ਕੋਈ ਪ੍ਰੋਬਲਮ ਨਹੀਂ ਹੋਣੀ ਥੀ, ਬਟ ਇਹ ਇਹਨਾਂ ਨੇ ਇੱਕਦਮ ਹੀ ਜੋ ਇਨਕਰੀਜ਼, ਅਭੀ ਲਾਸਟ ਈਅਰ UKG ਕਲਾਸ ਮੇਂ ਮੇਰੀ ਬੇਟੀ ਪੜ੍ਹਤੀ ਥੀ ਤੋ ਉਸਕੀ ਫੀਸ ਮੈਨੇ ਅਰਾਊਂਡ 14,500 ਕੁਆਟਰਲੀ ਪੜ੍ਹੀ ਭਰੀ ਹੈ। ਅਬ ਡਾਇਰੈਕਟ ਅਬ ਉਹ ਫਸਟ ਕਲਾਸ ਮੇਂ ਆਈ ਹੈ ਤੋ ਮੇਰੇ ਕੋ 20,000 10 ਰੁਪੀਜ਼ ਪੇ ਕਰਨਾ ਪੜ ਰਿਹਾ ਹੈ, ਕੁਆਟਰਲੀ ਪੇ ਕਰਨਾ ਪੜੇਗਾ। ਅਭੀ ਦੇਖੋ ਇਨਕਰੀਜ਼ ਸਿੱਧਾ ਹੀ ਮੇਰੇ 6,000 ਫੀਸ ਉਸਕੀ ਇਨਕਰੀਜ਼ ਹੋ ਗਈ ਹੈ। ਕਿਆ ਇਸ ਤਰੀਕੇ ਸੇ ਅਬ ਹਮਾਰੀ ਸੈਲਰੀਜ਼ ਜਾਂ ਜੋ ਘਰ ਕਾ ਖਰਚਾ ਹੈ ਵੋ ਇਸ ਤਰੀਕੇ ਸੇ ਹਮੇ ਓਬਵੀਅਸਲੀ ਅਬ ਹਮਨੇ ਅਬ ਸਿਰਫ ਇੱਕ ਸਕੂਲ ਫੀਸ ਤੋਂ ਨਹੀਂ ਹੋਤੀ ਹੈ ਨਾ, ਅਬ ਬੱਚੇ ਨੇ ਘਰ ਆਉਣਾ ਹੈ, ਉਸਕੋ ਵੀ ਐਕਸਟਰਾ ਕਰੀਕੁਲਰ ਐਕਟੀਵਿਟੀ ਚਾਹੀਏ ਬਿਕੋਜ਼ ਆਫ ਦ ਕੰਪੀਟੀਸ਼ਨ ਇਜ਼ ਗੋਇੰਗ ਅਰਾਊਂਡ, ਤੋ ਉਸਕੋ ਕੋਈ ਐਕਸਟਰਾ ਕਰੀਕੁਲਰ ਐਕਟੀਵਿਟੀ ਕੇ ਲਈ ਚਾਹੀਏ, ਕੋਈ ਹੋਬੀ ਕਲਾਸ ਚਾਹੀਏ, ਕੁਛ ਨਾ ਕੁਛ ਚਾਹੀਏ ਹੀ ਹੈ ਇਸਮੇ ਕਲਾਸ ਮੇ ਫਸਟ ਆਨੇ ਕੇ ਲੀ ਯਾ ਟੋਪ ਪੇ ਰਹਿਣੇ ਕੇ ਲੀ। ਦੇਖੋ ਇਸਮੇ ਅਕੇਲੀ ਫੀਸ ਤੋ ਆਈ ਨਹੀਂ ਹੈ, ਇਸਮੇ ਅਕੇਲੀ ਫੀਸ ਤੋ ਇਨਕਰੀਜ਼ ਨਹੀਂ ਹੋਈ, ਇਸਮੇ ਟ੍ਰਾਂਸਪੋਰਟੇਸ਼ਨ ਵੀ ਤੋ ਪੇਰੈਂਟਸ ਨੇ ਦੇਣਾ ਹੈ, ਬੁੱਕਸ ਵੀ ਲੈਣੀ ਹੈ, ਔਰ ਦੇਖੋ ਸਾਲ ਕੀ ਯੂਨੀਫਾਰਮ, ਇੱਕ ਯੂਨੀਫਾਰਮ ਤਾਂ ਲੈਣੀ ਨਹੀਂ ਹੈ, ਚਲੋ ਵਿੰਟਰ ਕੀ ਲਗਾ ਲਓ ਦੋ ਨਹੀਂ ਲੈਣੀ, 5 ਯੂਨੀਫਾਰਮ ਆਤੀ ਹੈ ਪੂਰੇ ਸਾਲ ਮੇਂ, ਹਾਊਸ ਕੀ ਆ ਗਈ, ਆਟਮ ਕੀ, ਸਮਰ ਕੀ, ਸਪੋਰਟਸ ਡੇ ਕੀ, ਇਨਕੀ ਆ ਗਈ, 5 ਯੂਨੀਫਾਰਮਸ ਕਾ ਮੈਂ ਸੋਚੋ, ਫੀਸ ਹੈ ਟ੍ਰਾਂਸਪੋਰਟ ਕਾ ਹੈ, ਯੂਨੀਫਾਰਮ ਕਾ ਹੈ, ਬੁੱਕਸ ਕਾ ਅਲੱਗ ਹੈ, ਫਿਰ ਬੱਚੇ ਨੇ ਕੋਈ ਐਕਟੀਵਿਟੀ ਹੈ ਉਸਕਾ ਅਲੱਗ ਸੀ ਹੈ, ਇਨਕੀ ਆਲ ਮੰਥ, ਹਾਂਜੀ ਯਹੀ ਕਰਤੀ ਕਿ ਫੀਸ ਕਮ ਕੀ ਜਾਏ, ਹਮਨੇ ਤੋ ਬੋਲਾ ਨਹੀਂ ਥਾ ਕਿ ਏਸੀ ਲਗਾਓ, ਹਮਸੇ ਏਸੀ ਕਾ ਕੰਸੈਂਟ ਤੋ ਲੀਆ ਹੀ ਨਹੀਂ ਗਿਆ, ਹਮ ਏਸੀ ਵੀ ਚਲੋ ਸਹੀ ਬਾਤ ਹੈ, ਏਸੀ ਪੂਰਾ ਸਾਲ ਨਹੀਂ ਚੱਲਣਾ, ਦੋ ਮਹੀਨੇ ਚੱਲ ਜਾਏਗਾ, 3 ਮਹੀਨੇ ਚੱਲ ਜਾਏਗਾ, ਇਸੇ ਜ਼ਿਆਦਾ ਤੋ ਫੀਸ ਮੇਂ ਨਹੀਂ ਆਏਗਾ ਨਾ, ਵਹੀ ਤੋ ਬਾਤ ਹੈ। ਖਰਾਬ ਹੋ ਜਾਏਂਗੀ ਚੇਅਰਸ ਵੀ ਤੋ ਲੌਂਗ ਟਾਈਮ ਚੱਲੇਂਗੀ, ਯੇ ਤੋ ਹੈ ਨਹੀਂ ਕਿ ਪੂਰਾ ਇੱਕ ਹੀ ਸਾਲ ਮੇਂ ਆਪ ਲੋਗ ਵਸੂਲ ਕਰ ਲੋ ਹਮਸੇ ਹੀ, ਤੋ ਫਿਰ ਹਮ ਕੈਸੇ ਆਪਣੇ ਘਰ ਕਾ, 24,000 ਸਾਲ ਕੀ ਬੜਾਈ ਹੈ ਇਹਨਾਂ ਨੇ, ਨਹੀਂ ਹਰ ਸਾਲ ਤੋਂ ਨਹੀਂ ਹੈ, ਇਸੀ ਸਾਲ ਕੀ ਹੈ ਇਹਨਾਂ ਨੇ, ਇੱਕਦਮ ਸਹੀ ਬਸ, ਆਪ ਸਭ ਕੇ ਸਾਹਮਣੇ ਏਸੀ ਕਿੰਨਾ ਟਾਈਮ ਚੱਲੇਗਾ, 2 ਮਹੀਨੇ ਹੱਦ 3 ਮਹੀਨੇ ਬਸ, ਜਾਂ ਤੋ ਪੇਰੈਂਟਸ ਨੇ ਪ੍ਰੈਸ਼ਰਾਈਜ਼ ਕੀਆ ਹੋ ਕਿ ਹਮਾਰੇ ਬੱਚੋਂ ਕੋ ਫਰਨੀਚਰ ਚਾਹੀਏ ਨਯਾ, ਮਤਲਬ ਕਿ ਸਾਰੀ ਐਟਮੋਸਫੇਅਰ ਕਲਾਸ ਕਾ ਵੈਸਾ ਨਿਊ ਲੁੱਕ ਚਾਹੀਏ, ਏਸੀ ਚਾਹੀਏ, ਸਭ ਕੁਛ ਹਮਨੇ ਡਿਮਾਂਡ ਕੀ ਹੈ, ਫੋਰਸਫੁਲੀ ਡਿਮਾਂਡ ਕੀ ਹੈ ਕਿ ਹਮੇ ਚਾਹੀਏ ਬੱਚੋਂ ਕੋ, ਹੈ ਨਾ, ਫਿਰ ਤੋ ਆਪ ਬੜਾ ਦੋ ਫੀਸ, ਨੋ ਡਾਊਟ ਬੜਾ ਦੋ, ਕਿਉਂਕਿ ਹਮਨੇ ਖੁਦ ਡਿਮਾਂਡ ਕੀ ਹੈ ਨਾ, ਹਮਨੇ ਤੋ ਡਿਮਾਂਡ ਹੀ ਨਹੀਂ ਕੀਆ, ਐਵਰੇਜ ਵੀ ਦੇਖੋ ਬਾਕੀ ਸਕੂਲਸ ਕੇ ਕੰਪੈਰੇਟਿਵਲੀ ਬਹੁਤ ਜ਼ਿਆਦਾ ਹੋ ਗਈ ਹੈ ਫੀਸ, ਜਬਕਿ ਹਮਨੇ BCM ਮੇਂ ਯਹੀ ਸੋਚ ਕੇ ਭੇਜਾ ਥਾ ਕਿ ਇਹ ਇਕਨੋਮਿਕਲ ਸਕੂਲ ਹੈ, ਹੈ ਨਾ, ਇਸੀ ਲਈ। ਸਰ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ AC ਪਸੰਦ ਹੀ ਨਹੀਂ ਆ, ਹੈਲੋ, ਕਿਉਂਕਿ ਅਸੀਂ ਗਰਮੀ 'ਚ ਬੱਚਾ ਲੈ ਕੇ ਆਵਾਂਗੇ ਜਾਂ ਅਸੀਂ ਦੁਪਹਿਰ ਨੂੰ ਛੁੱਟੀ ਹੋਊਗੀ ਫਿਰ ਬੱਚਾ ਸਾਡਾ ਬਿਮਾਰ ਹੋਊਗਾ, ਠੀਕ ਹੈ, ਇੱਕ ਸਾਨੂੰ ਕਿਤਾਬਾਂ ਦੇ ਵਿੱਚ ਵੀ ਮੁਸ਼ਕਲ ਹੈ,
ਕਿ ਜਿਹੜੀ ਕਿਤਾਬ ਹੈ ਬੜੀ ਹੇਰਾਫੇਰੀ ਹੋਈ ਸਾਡੇ ਨਾਲ। 1500 ਦੀ ਕਿਤਾਬਾਂ 4000 'ਚ ਲੈਣੀਆਂ ਪਈਆਂ, ਚਲੋ ਉਹ ਲੈ ਲਈਆਂ, ਲੇਕਿਨ ਫੀਸ ਵੀ ਡਬਲ ਦੇਣੀ ਪੈ ਰਹੀ ਹੈ। ਇਸ ਤਰ੍ਹਾਂ ਤਾਂ ਫਿਰ ਸਾਨੂੰ ਕੋਈ ਹੋਰ ਸਕੂਲ ਹੀ ਚੇਂਜ ਕਰਨਾ ਪਊਗਾ। ਅਸੀਂ ਸਾਰੇ ਇਕੱਠੇ ਹੋ ਕੇ ਇਹੀ ਫੈਸਲਾ ਲੈਣਾ ਚਾਹੁੰਦੇ ਹਾਂ ਕਿ ਸਰਕਾਰ ਨੂੰ ਇੰਨੇ ਪੈਸੇ ਇਹਨਾਂ ਨੂੰ ਦੇਣ ਨਾਲ ਆਪਾਂ ਸਰਕਾਰ ਦੀ ਮਦਦ ਕਰਦੇ ਹਾਂ, ਇੰਨੇ ਵਧੀਆ ਸਕੂਲ ਬਣ ਰਹੇ ਸਰਕਾਰੀ, ਅਸੀਂ 2-4, 10-20 ਲੱਖ ਰੁਪਈਆ ਇਕੱਠਾ ਕਰਕੇ ਉੱਥੇ ਦੇ ਦਈਏ ਤਾਂ ਸਕੂਲ ਹੀ ਸਾਡਾ ਉਹ ਹੋ ਜਾਣਾ। ਬਿਲਕੁਲ, ਇੱਥੇ ਤਾਂ ਅਸੀਂ ਏਸੀ ਇੱਕ ਵਾਰ ਲਾ ਤਾ, ਸਾਡਾ ਬੱਚਾ ਦੂਜੀ ਕਲਾਸ 'ਚ ਚਲਾ ਗਿਆ, ਏਸੀ ਦਾ ਪੈਸਾ ਖਤਮ। ਅਸੀਂ ਇੱਕ ਇੱਕ ਬੱਚਾ ਇੱਕ ਇੱਕ ਏਸੀ ਦਾ ਪੈਸਾ ਦੇ ਰਿਹਾ, ਤੁਸੀਂ ਆਪ ਹੀ ਜੋੜ ਲਾ ਕੇ ਦੇਖ ਲਓ ਸਾਨੂੰ। ਅਸੀਂ ਤਾਂ ਸਾਰਿਆਂ ਦਾ 10 ਦਿਨ ਦਾ ਜੋੜ ਲਗਾ ਲਿਆ, ਤੁਸੀਂ ਜੋੜ ਲਗਾ ਕੇ ਦੇਖੋ, ਇੱਕ ਇੱਕ ਬੱਚਾ ਇੱਕ ਇੱਕ ਏਸੀ ਦਾ ਪੈਸਾ ਦੇ ਰਿਹਾ, 33 ਬੱਚੇ 32 ਬੱਚੇ ਇੱਕ ਕਲਾਸ ਵਿੱਚ ਹੈ। ਇਹਦੀ ਕੈਲਕੂਲੇਸ਼ਨ, ਸਾਰਾ ਸਕੂਲ ਸਾਡੇ ਨਾਲੋਂ ਜ਼ਿਆਦਾ ਪੜ੍ਹਿਆ ਲਿਖਿਆ, ਅਸੀਂ ਥੋੜ੍ਹੇ ਇੰਨਾ ਪੜ੍ਹੇ ਹਾਂ। ਜੇ ਅਸੀਂ ਘੱਟ ਪੜ੍ਹੇ ਹਾਂ, ਅਸੀਂ ਇਹਨਾਂ ਸਕੂਲਾਂ 'ਚ ਇਸ ਕਰਕੇ ਬੱਚੇ ਪਾਏ ਸੀ, ਚਲੋ ਪੜ੍ਹਾਈ ਵਧੀਆ, ਲੇਕਿਨ ਹੈ ਤਾਂ ਨੋਰਮਲ ਸਕੂਲ ਹੈ। ਅਸੀਂ DPS ਜਾਂ ਕੋਈ ਸਤਪਾਲ ਮਿੱਤਲ ਦੇ ਸਕੂਲ 'ਚ ਥੋੜ੍ਹੀ ਪਾਏ ਆ ਕਿ ਅਸੀਂ ਉਹਨਾਂ ਦੀ ਫੀਸ ਤੋਂ ਵੀ ਵੱਧ ਕੇ ਫੀਸ ਦੇਣਾ ਸ਼ੁਰੂ ਕਰ ਦਈਏ, ਅਸੀਂ ਨਹੀਂ ਦੇ ਸਕਦੇ। ਅਸੀਂ ਗੌਰਮੈਂਟ ਦੇ ਹਿਸਾਬ ਨਾਲ ਜੋ ਰੇਟ ਵੱਧਦਾ ਅਸੀਂ ਦੇ ਦਾਂਗੇ। ਅਸੀਂ ਇੱਕ ਸਿੰਪਲ ਜਿਹਾ ਸਵਾਲ ਕਰਦੇ ਹਾਂ ਵੀ ਜਿਸ ਹਿਸਾਬ ਨਾਲ ਸਕੂਲ ਨੇ ਚਾਰਜਸ ਵਧਾਏ ਆ, ਕੀ ਆਮ ਇਨਸਾਨ ਦੀ ਜੇਬ ਉਹਨੂੰ ਬੇਅਰ ਕਰ ਸਕਦੀ ਆ? ਕੀ ਸਾਡੇ ਜਿਹੜੇ ਇਨਕਮ ਆ ਉਸ ਹਿਸਾਬ ਨਾਲ ਵਧ ਗਈ ਹੈ? ਅਤੇ ਜੇ ਇਸ ਹਿਸਾਬ ਨਾਲ ਇਹ ਵਧਾਉਂਦੇ ਰਹਿਣਗੇ ਤਾਂ ਕੀ ਆਪਾਂ ਅਗਲੇ ਸਾਲ ਇਸ ਸਕੂਲ ਦੇ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾ ਸਕਦੇ ਹਾਂ? 43% ਫੀਸ ਜਿਹੜੀ ਹੈ ਸਕੂਲ ਦੀ ਵੱਧ ਚੁੱਕੀ ਹੈ ਹੁਣ ਤੱਕ, ਠੀਕ ਹੈ ਜੀ। ਅਤੇ ਜੇ ਇਹੀ ਰੂਟੀਨ ਰਹੀ ਤਾਂ ਮੈਨੂੰ ਨਹੀਂ ਲੱਗਦਾ ਵੀ ਸਾਡੇ ਤੋਂ ਜ਼ਿਆਦਾਤਰ ਪੇਰੈਂਟਸ ਆ ਅਗਲੇ ਸਾਲ ਦਾ ਸੈਸ਼ਨ ਕੰਟੀਨਿਊ ਕਰ ਪਾਉਣਗੇ। ਹੁਣ ਸਾਡੇ MLA ਸਾਹਿਬ ਅੰਦਰ ਗਏ ਹੋਏ ਆ, ਉਹ ਦੇਖਦੇ ਆ ਸਾਨੂੰ ਬਾਹਰ ਆ ਕੇ ਕੀ ਦੱਸਦੇ, ਉਸ ਤੋਂ ਬਾਅਦ ਹੀ ਅਸੀਂ ਆਪਣੇ ਅੱਗੇ ਦਾ ਜਿਹੜਾ ਵਾ ਪਲੈਨਿੰਗ ਕਰਾਂਗੇ। ਸਾਡੇ ਕੋਲ ਤਾਂ ਆਪਸ਼ਨ ਖੁੱਲ੍ਹੇ ਹੀ ਨਹੀਂ। ਹਾਂਜੀ ਸਰ, ਲਾਈਟ ਬੰਦੀ, ਹਾਂ ਇਹੀ ਹੈ ਸਰ। ਜਿਹੜੀ ਗੱਲ ਵੀ ਆਪਾਂ ਪ੍ਰਿੰਸੀਪਲ ਮੈਡਮ ਕੋਲ ਵੀ ਰਿਕੁਐਸਟ ਲੈ ਕੇ ਆਏ ਹਾਂ ਵੀ ਜਿਹੜੀ ਤੁਸੀਂ ਫੀਸ ਹੈ ਸਾਡੀ ਐਲਸ ਹਾਈਕ ਕੀਤੀ ਹੈ, ਇਹਦੇ 'ਤੇ ਇੱਕ ਵਾਰੀ ਦੁਬਾਰਾ ਨਜ਼ਰ ਮਾਰ ਕੇ ਚੈੱਕ ਕਰੋ ਕਿ ਕਿਤੇ ਨਾ ਕਿਤੇ ਐਥੀਕਲ ਨਹੀਂ ਲੱਗਦੀ ਹੈਗੀ। ਕਿਉਂ ਜੋ ਜਿਹੜੀ ਇਨਫਰਾਸਟ੍ਰਕਚਰ ਦੀ ਕੋਸਟ ਹੈ ਇਹ ਸਿਰਫ ਇਸ ਸਾਲ ਦੇ ਬੱਚਿਆਂ ਨੇ ਨਹੀਂ ਬੇਅਰ ਕਰਨੀ, ਇਹ ਆਉਣ ਵਾਲੇ 10 ਜਾਂ 15 ਸਾਲ ਤੱਕ ਯੂਜ਼ ਕੀਤੀ ਜਾਣੀ ਹੈ। ਜਿਹੜੀਆਂ ਕੁਰਸੀਆਂ ਵੀ ਆ ਉਹ ਵੀ ਹਰ ਕਿਸੇ ਨੇ ਐਂ ਯੂਜ਼ ਕਰਨੀ ਹੈ। ਅਤੇ ਬਾਕੀ ਜਿੱਥੋਂ ਤੱਕ ਗੱਲ ਰਹੀ BCM ਦੀ, ਇਹ ਕੁਆਲਿਟੀ ਐਜੂਕੇਸ਼ਨ ਦੇਣ ਲਈ ਅਤੇ ਐਥੀਕਲ ਮੋਟਿਵਸ ਦੇ ਲਈ ਜਾਣਿਆ ਜਾਂਦਾ, ਅਤੇ ਸਾਨੂੰ ਪੂਰੀ ਉਮੀਦ ਹੈ ਵੀ ਪ੍ਰਿੰਸੀਪਲ ਮੈਡਮ ਜਾਂ ਮੈਨੇਜਮੈਂਟ ਟੀਮ ਪੂਰਾ ਇਹਦਾ ਹੱਲ ਕਰੇ। ਮੈਂ ਥੈਂਕਸ ਕਰਦਾ ਅੱਜ BCM ਸਕੂਲ ਦੀ ਸਾਰੀ ਮੈਨੇਜਮੈਂਟ ਦਾ, ਸਾਡੇ ਸਤਿਕਾਰਯੋਗ ਜੈਨ ਸਾਹਿਬ, ਮੇਰੇ ਅੰਕਲ ਸਿਆਲ ਸਾਹਿਬ ਅਤੇ ਵੱਡੇ ਵੀਰ ਮੇਰੇ ਮਿੰਨੀ ਸਿਆਲ ਸਾਹਿਬ, ਔਰ ਸਾਰੇ ਪ੍ਰਿੰਸੀਪਲ ਸਾਹਿਬਾਂ ਔਰ ਜਿੰਨੀ ਮੈਨੇਜਮੈਂਟ ਕਮੇਟੀ ਆ, ਬਹੁਤ ਅੱਛਾ ਇਹਨਾਂ ਨੇ ਕੋਪਰੇਟ ਕੀਤਾ, ਪੇਰੈਂਟਸ ਦੀਆਂ ਫੀਲਿੰਗਸ ਨੂੰ ਵੀ ਸਮਝਿਆ ਔਰ ਸਾਡੀ ਜਿਹੜੀ ਬੇਨਤੀ ਸੀ ਉਹਨਾਂ ਨੇ ਕਬੂਲ ਕੀਤੀ ਆ। ਕੋਈ ਵੀ ਐਕਸਟਰਾ ਚਾਰਜ ਇਸ ਨਹੀਂ ਲਿਆ ਜਾਏਗਾ, ਜੋ ਕਿਉਂਕਿ ਇਸ ਸਕੂਲ ਦਾ ਜੋ ਇਨਫਰਾਸਟ੍ਰਕਚਰ ਇਹਨਾਂ ਨੇ ਦਿਖਾਇਆ, ਵਾਕਈ ਅੱਜ ਤਾਂ ਮੇਰਾ ਵੀ ਦਿਲ ਕਰਿਆ ਮੈਂ ਦੁਬਾਰਾ ਤੋਂ ਇੱਥੇ ਪੜ੍ਹਾਂ, ਕਿਉਂਕਿ ਬੜੇ ਬਿਊਟੀਫੁੱਲ ਰੂਮ ਜੇ ਵੋ, ਹੈ ਨਾ। ਅਤੇ ਓਬਵੀਅਸਲੀ ਜਦੋਂ ਵੱਡੇ ਅਦਾਰੇ ਚੱਲਦੇ ਆ, ਖਰਚੇ ਹੁੰਦੇ ਆ, ਤਾਂ ਫਿਰ ਰਲ ਕੇ ਸਾਹਮਣੇ ਪੈਂਦੇ ਆ। ਪਰ ਉਹਦੇ ਬਾਵਜੂਦ ਜੈਨ ਸਾਹਿਬ ਹੋਰਾਂ ਨੇ ਔਰ ਸਾਰੀ ਮੈਨੇਜਮੈਂਟ ਨੇ, ਸਿਆਲ ਸਾਹਿਬ ਹੋਰਾਂ ਨੇ ਬੜਾ ਜ਼ਿੰਦਾ ਦਿਲੀ ਦਿਖਾ ਕੇ ਬਿਲਕੁਲ ਕਹਿਤਾ ਵੀ ਗੋਗੀ ਤੁਸੀਂ ਆਏ ਹੋ, ਪੇਰੈਂਟਸ ਆਏ ਨੇ, ਸਾਰਿਆਂ ਦੀਆਂ ਬੱਚੇ ਸਾਡੇ ਨੇ, ਅਸੀਂ ਇਹ ਪੜ੍ਹਾਉਣੇ ਵੀ ਆ, ਔਰ ਇਹਨਾਂ ਨੂੰ ਆਪਣਾ ਜਿਹੜਾ ਸਾਡਾ ਦੇਸ਼ ਦਾ ਫਿਊਚਰ ਆ, ਇਹ ਫਿਊਚਰ ਮੇਕਰ ਨੇ ਸਾਡੇ ਸਾਰੇ। ਔਰ ਓਬਵੀਅਸਲੀ ਜਿਹੜੇ ਫਿਊਚਰ ਮੇਕਰ ਹੁੰਦੇ ਨੇ ਉਹ ਅੱਛਾ ਪ੍ਰੋਡਕਟ ਤਿਆਰ ਕਰਦੇ ਨੇ। ਇੱਥੋਂ ਜਿੰਨੇ ਬੱਚੇ ਜਾਣੇ ਆ ਉੱਥੋਂ, ਇੱਥੋਂ ਜਿੰਨੇ ਵੀ ਅੱਜ ਤੱਕ ਗਏ ਆ ਪੜ੍ਹ ਕੇ, ਅੱਛੇ ਰੁਤਬਿਆਂ 'ਤੇ ਨੇ ਅਤੇ ਅੱਗੇ ਵੀ ਅੱਛੇ ਰੁਤਬਿਆਂ 'ਤੇ ਜਾਣਗੇ। ਉਸ ਤਹਿਤ ਅੱਜ ਕੋਈ ਵੀ ਇਹਨਾਂ ਨੇ ਐਕਸਟਰਾ ਚਾਰਜਿਸ ਜਿਹੜਾ ਵੀ ਸੀਗਾ 16,000 ਰੁਪਏ ਸਮਥਿੰਗ, ਉਹ ਨਹੀਂ, ਸਿਰਫ 8% ਜੋ ਐਨੂਅਲੀ ਇਹਨਾਂ ਦਾ ਬਣਦਾ ਐਜ਼ ਪਰ ਪੰਜਾਬ ਗੌਰਮੈਂਟ ਦੇ ਜਿਹੜੇ ਰੂਲ ਐਜੂਕੇਸ਼ਨ ਐਕਟ ਜਿਹੜਾ ਹੈਗਾ ਉਹਦੇ ਤਹਿਤ, ਉਹ ਜ਼ਰੂਰ ਰਿਵਾਈਵ ਹੋਏਗਾ ਹਰ ਸਾਲ।
ਉਸ ਤੋਂ ਇਲਾਵਾ ਹੋਰ ਕੁਛ ਨਹੀਂ ਹੋਏਗਾ। ਉੱਦਾਂ ਹੀ ਬੱਚੇ ਪੜ੍ਹਨਗੇ, ਉੱਦਾਂ ਹੀ ਆਪਣੇ ਸਾਰਾ ਇੱਥੇ ਸਿਸਟਮ ਮੈਨੇਜਮੈਂਟ ਉਹਨਾਂ ਨੂੰ ਕਰੇਗੀ। ਜੇ ਸੈਟੀਸਫਾਈਡ ਜੇ ਲੈ ਹੀ ਕੁਛ ਨਹੀਂ ਰਹੇ, ਸੈਟੀਸਫਾਈਡ ਜੇ ਹੁਣ ਵੀ ਨਾ ਹੋਏ ਫਿਰ ਤਾਂ ਫਿਰ ਮੈਂ ਕੁਛ ਨਹੀਂ ਕਰ ਸਕਦਾ। ਨਹੀਂ ਉਹ ਤਾਂ ਵੈਬਸਾਈਟ 'ਤੇ ਪਾਉਂਦੇ ਆ, ਨਹੀਂ ਉਹ ਅਸੀਂ ਕੁਛ ਹੋਰ ਵੀ ਡਿਸਕਸ਼ਨਸ ਕੀਤੀਆਂ ਨੇ ਸਕੂਲ ਦੀ ਬੈਟਰਮੈਂਟ ਵਾਸਤੇ, ਬੱਚਿਆਂ ਦੀ ਬੈਟਰਮੈਂਟ ਵਾਸਤੇ, ਪੇਰੈਂਟਸ ਦੀ ਬੈਟਰਮੈਂਟ ਵਾਸਤੇ, ਉਹ ਵੀ ਅਸੀਂ ਆਉਣ ਵਾਲੇ ਟਾਈਮ ਸਾਰਿਆਂ ਸੈਟਅਪ ਕਰ ਦਿਆਂਗੇ। ਸਕੂਲ ਦੀ ਬੁੱਕਸ ਤੇ ਐਡਰੈਸ ਨੂੰ ਵੀ ਲੈ ਕੇ, ਹਾਂ ਉਹ ਵੀ ਗੱਲ ਹੋ ਗਈ ਆ, ਉਹਦੇ ਲਈ ਵੀ ਅਸੀਂ ਪਲੈਨ ਅਪ ਕਰ ਲਿਆ ਵੀ ਬਿਲਕੁਲ ਵੈਬਸਾਈਟ 'ਤੇ ਲਿਖਿਆ ਜਾਊਗਾ ਵੀ ਤੁਸੀਂ ਕਿਤੋਂ ਮਰਜ਼ੀ ਬੁੱਕਸ ਲੈ ਸਕਦੇ ਹੋ, ਕੋਈ ਜ਼ਰੂਰੀ ਨਹੀਂ ਤੁਸੀਂ ਪਰਟੀਕੁਲਰ ਇੱਕੋ ਕਿਸੇ ਵਿਅਕਤੀ ਵਿਸ਼ੇਸ਼ ਤੋਂ ਲੈਣੀਆਂ ਨੇ, ਕੋਈ ਸਕੂਲ ਵੱਲੋਂ ਐਸਾ ਆਥੋਰਾਈਜ਼ ਨਹੀਂ ਹੋਇਆ। ਕਈ ਸਕੂਲਾਂ ਦੇ ਵਿੱਚ ਹਜੇ ਵੀ ਇੱਦਾਂ ਹੀ ਚੱਲਦਾ ਤੇ ਉਹਨਾਂ ਤੇ ਕੋਈ ਕਾਰਵਾਈ ਕੀਤੀ ਜਾਏ? ਪਰ ਗੱਲ ਇਹ ਆ ਸਾਰੇ ਸਕੂਲ ਵੀ ਆਪਣੇ ਨੇ, ਮੈਂ ਕੋਈ ਉਹ ED ਨਹੀਂ ਹੈਗਾ ਜਿਹੜਾ ਕਾਰਵਾਈਆਂ ਕਰਦਾ, ਮੈਂ ਇੱਕ ਪਬਲਿਕ ਸਰਵੈਂਟ ਹਾਂ, ਲੋਕਾਂ ਦੀ ਸੇਵਾ ਕਰਨ ਵਾਲਾ, ਇੱਕ ਸੇਵਾ ਮਿਲੀ ਆ, ਮੇਰੇ ਹਲਕਿਆਂ ਨੇ ਮੈਨੂੰ ਸੇਵਾ ਦਿੱਤੀ ਆ, ਉਸ ਤਹਿਤ ਜਿੱਥੇ ਜਿੱਥੇ ਵੀ ਕੋਈ ਹੋਏਗੀ ਗੱਲ, ਹਾਂ ਮੈਂ ਫਰਿਆਦ ਲੈ ਕੇ ਜਾ ਸਕਦਾ, ਕਾਰਵਾਈ ਤਾਂ ਵੱਧਦੀਆਂ ਗੱਲਾਂ ਹੁੰਦੀਆਂ ਨੇ, ਫਰਿਆਦ ਲੈ ਕੇ ਜਾਂਦੇ ਔਰ ਸੁਣੀ ਵੀ ਇਹਨਾਂ ਨੇ ਬੜੇ ਜ਼ਿੰਦਾ ਦਿਲੀ ਨਾਲ ਗੱਲ ਸੁਣੀ, 2 ਘੰਟੇ ਲਾ ਕੇ ਸੰਜੀਦਗੀ ਦੇ ਨਾਲ ਬੱਚਿਆਂ ਦੇ ਫਿਊਚਰ ਬਾਰੇ ਵੀ ਡਿਸਕਸ਼ਨਸ ਕੀਤਾ ਸੀ ਕੀ ਕਰਨ ਵਾਲਾ ਬੱਚਿਆਂ ਨੂੰ, ਮਤਲਬ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਕਰ ਰਿਹਾ ਸਕੂਲ ਇਹ, ਅਤੇ ਮੈਂ ਇਸ ਚੀਜ਼ ਦਾ ਮਾਣ ਮਹਿਸੂਸ ਕਰਦਾ ਕਿ ਐਸਾ ਵਧੀਆ ਸਕੂਲ ਮੇਰੇ ਹਲਕੇ 'ਚ ਆ ਜਿਹਦੀ ਕਿ ਮੈਨੂੰ ਨੁਮਾਇੰਦਗੀ ਕਰਨ ਦਾ ਪਰਮਾਤਮਾ ਨੇ ਮੌਕਾ ਦਿੱਤਾ। ਫੀਸ ਦੇ ਵਿੱਚ 8% ਦਾ ਇਨਕਰੀਜ਼ ਹੋਏਗਾ, ਉਸ ਤੋਂ ਇਲਾਵਾ ਕੋਈ ਚਾਰਜ? ਹੋਰ ਕੋਈ ਚਾਰਜ ਨਹੀਂ ਹੋਏਗਾ, ਬੈਠੇ ਆ ਪ੍ਰਧਾਨ ਜੀ, ਖੜ੍ਹੇ ਨੇ ਸਿਆਲ ਸਾਹਿਬ, ਖੜ੍ਹੇ ਪੁੱਛ ਲਓ, ਪੇਰੈਂਟਸ ਵੀ ਖੜ੍ਹੇ ਨੇ ਨਾਲ, ਐਸੋਸੀਏਸ਼ਨ ਦੇ ਜਿਹੜੇ ਮੈਂਬਰ ਸੀ ਉਹ ਵੀ ਖੜ੍ਹੇ ਨੇ। ਕੋਈ ਵੀ ਐਕਸ਼ਨ ਤੁਸੀਂ ਗੁੱਡ ਅੱਛੀ ਸੋਚ ਨਾਲ ਲੈਂਦੇ ਹੋ, ਉਹ ਚੰਗਾ ਵੀ ਲੱਗਦਾ, ਕਿਸੇ ਨੂੰ ਨਹੀਂ ਵੀ ਪਸੰਦ ਆਉਂਦਾ ਹੈਗਾ, ਹੋਏਵਰ ਲੇਕਿਨ ਅੱਛਾ ਹੋ ਗਿਆ, ਸਾਰਾ ਬੈਠ ਕੇ ਪੇਰੈਂਟਸ ਦੇ ਨਾਲ ਸਾਰਾ ਸੈਟਲ ਹੋ ਗਿਆ, ਹੈਪੀ। ਸੋ ਆਲ ਦੇ ਐਸਐਮਜੈਡ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਝਲੋਟਾ ਦੀ ਰਿਪੋਰਟ।